ਅਸਲਾਮ ਵਾਲੇਕੁਮ ਨਾਜ਼ਰੀਨ ਤੁਸੀਂ ਵੇਂਦੇ ਪਏ ਜ਼ਿਆਨ ਪਰਦੇਸੀ ਔਰ ਮੈਂ ਵਾ ਮੁਹੰਮਦ ਇਮਰਾਨ ਨਾਜ਼ਰੀਨ ਇਸ ਟਾਈਮ ਮੈਂ ਮੌਜੂਦ ਹਾਂ ਸਾਊਦੀ ਅਰਬ ਅਲ ਅਹਸਾ ਸ਼ਹਿਰ ਵਿੱਚ ਔਰ ਇਹ ਰੋਡ ਨੇ ਮੈਂ ਸਲਾਹਉਦੀਨ ਅਯੂਬੀ ਔਰ ਜਾ ਰਿਹਾ ਉਸਮਾਨੀਆ ਸਲਤਨਤ ਦੀ ਇੱਕ ਨਿਸ਼ਾਨੀ ਹੈ ਉਹਨੂੰ ਗਸਲੇ ਇਬਰਾਹੀਮ ਕਹਿੰਦੇ ਨੇ ਉਧਰ ਜਾ ਰਹੇ ਆ ਯਾਨੀ ਕਿ ਇੱਕ ਉਸਮਾਨੀਆ ਸਲਤਨਤ ਦਾ ਇੱਕ ਕਿਲਾ ਵੇ ਇੱਥੇ ਅਲ ਹਾਸੇ ਸ਼ਹਿਰ ਦੇ ਵਿੱਚ ਵੈਸੇ ਤੇ ਉਹਨਾਂ ਦੇ ਦੋ ਤਿੰਨ ਕਿਲੇ ਨੇ ਇੱਥੇ ਲੇਕਿਨ ਜਿਹੜੇ ਕਿਲੇ ਅਸੀਂ ਜਾ ਰਹੇ ਹਾਂ ਇਸ ਕਿਲੇ ਦਾ ਨਾਮ ਲਿਆ ਜਾਂਦਾ ਹੈ ਪੁਕਾਰਿਆ ਜਾਂਦਾ ਹੈ ਗਸਲੇ ਇਬਰਾਹੀਮ ਕਿਉਂਕਿ ਸ਼ਾਇਦ ਉਸ ਵਕਤ ਦਾ ਜਿਹੜਾ ਉਹ ਉੱਥੇ ਉਸ ਕਿਲੇ ਦੇ ਓਨ ਕਰਦਾ ਸੀ ਯਾਨੀ ਕਿ ਉਸ ਵਕਤ ਦਾ ਯਾਨੀ ਕੋਰ ਕਮਾਂਡਰ ਸੀ ਹੈ ਜੋ ਵੀ ਸੀ ਉਹਦਾ ਨਾਮ ਸ਼ਾਇਦ ਇਬਰਾਹੀਮ ਸੀ ਇਸ ਕਰਕੇ ਉਹਨੂੰ ਗਸਲੇ ਇਬਰਾਹੀਮ ਕਹਿੰਦੇ ਨੇ ਅੱਗੇ ਚੱਲ ਕੇ ਤੁਹਾਨੂੰ ਵਹਾਨੇ ਆ ਤੇ ਇਹ ਜੀ ਰਸਤੇ ਦੇ ਮਨਾਜ਼ਰ ਨੇ ਰਸਤੇ ਦੇ ਮਨਾਜ਼ਰ ਤੁਹਾਨੂੰ ਦਿਖਾ ਰਹੇ ਆ ਅੱਜ ਨਾ ਮੈਨੂੰ ਇੱਕ ਭਾਈ ਨੇ ਤੇ ਉਹਨੂੰ ਕਾਲ ਕੀਤੀ ਵੈਸੇ ਆ ਮਮਨ ਕਿਉਂਕਿ ਮੇਰੀ ਨੇਚਰ ਏ ਵੇ ਔਰ ਮੈਂ ਹਮੇਸ਼ਾ ਗੱਲ ਕਰਨਾ ਵਾਂ ਕਿ ਸਾਨੂੰ ਇੱਕ ਦੂਜੀ ਦੀ ਹੈਲਪ ਕਰਨੀ ਚਾਹੀਦੀ ਏ ਕੋਸ਼ਿਸ਼ ਕਰਨੀ ਚਾਹੀਦੀ ਏ ਵੱਧ ਚੜ ਕੇ ਇੱਕ ਦੂਜੀ ਦੀ ਹੈਲਪ ਕੀਤੀ ਜਾਵੇ ਜਿਵੇਂ ਕਿ ਦੂਸਰੇ ਮੁਲਕਾਂ ਦੇ ਲੋਕ ਜਿਹੜੇ ਨੇ ਆਪਣੇ ਬਚਿੰਦਿਆਂ ਦੀ ਇੱਕ ਦੂਜੀ ਦੀ ਬੜੀ ਹੈਲਪ ਕਰਦੇ ਨੇ ਔਰ ਸ਼ਾਇਦ ਅਸੀਂ ਥੋੜਾ ਪਿੱਛੇ ਆ ਅਸੀਂ ਇੱਕ ਦੂਜੀ ਦੀ ਪ੍ਰਵਾਹ ਨਹੀਂ ਕਰਦੇ ਜਦੋਂ ਮੈਂ ਇਹ ਗੱਲ ਕਰਨਾ ਨਾ ਤੇ ਫਿਰ ਜੀ ਜਿਹੜੇ ਨਾ ਉਹ ਸਮਝਦੇ ਨੇ ਕਿ ਸ਼ਾਇਦ ਯਾਰ ਇਹਦੇ ਕੋਲ ਸੋਰਸ ਨੇ ਜਾਂ ਇਹ ਹੈਲਪ ਕਰਦਾ ਰਹਿੰਦਾ ਹੈ तो ये को जिन्हें कुे होने करते भी है व ये कोई शक नहीं लेकिन जारी गल है कि मैं भी एक बंद यानी कि ए मेरे कोई एडे को, को, को सोर्स नहीं ना मैं कोई एडा कोई स्पैशल परसनैलिटी हाँ एक आम जहा बड़ा मखदूद जहा अपना काम है कि मखदूद जी रिलेन ने कोई एडा को लंबा जोड़ा रिलेन भी नहीं इस तो असल तो मैं हमेशा कोशिश की हर किसी कहना भी हाँ ਕਿ ਜਨਾਬ ਅਗਰ ਕਿਸੇ ਕੋਲ ਕੋਈ ਜੌਬਸ ਹੋਵੇ ਕਿਸੇ ਕਿਸਮ ਦੀ ਕੋਈ ਅਪਰਚੂਨਿਟੀ ਹੋਵੇ ਤੇ ਮੈਨੂੰ ਦੱਸਿਆ ਕਰੋ ਇੱਥੇ ਦੱਸਾਂ ਤੇ ਚਲੋ ਸ਼ਾਇਦ ਕਿਸੇ ਦੀ ਹੈਲਪ ਹੋ ਸਕੇ ਔਰ ਲੇਕਿਨ ਸ਼ਾਇਦ ਜੀਏ ਨਹੀਂ ਸਮਝਦੇ ਕਿ ਯਾਰ ਇੱਕ ਜੀ ਦੀ ਹੈਲਪ ਕਰਨੀ ਚਾਹੀਦੀ ਮੈਂ ਤੇ ਹਮੇਸ਼ਾ ਹੀ ਜ਼ੋਰ ਦਿੰਦਾ ਇਸ ਕਰਕੇ ਲੋਕ ਨਾ ਬੜੇ ਹੈਲਪਲੈਸ ਨੇ ਬਹੁਤ ਜ਼ਿਆਦਾ ਲੋਕ ਐਸੇ ਨੇ ਜਿਹੜੇ ਕੋਸ਼ਿਸ਼ ਕਰਦੇ ਨੇ ਯਾਨੀ ਕਿ ਉਹਨਾਂ ਨੂੰ ਜੌਬ ਨਹੀਂ ਮਿਲ ਰਹੀ ਕਿਸੇ ਨੂੰ ਕੋਈ ਕਾਮੇ ਦਾ ਕੋਈ ਪ੍ਰੋਬਲਮ ਹੁੰਦਾ ਹੈ ਕੋਈ ਫਾਈਨੈਂਸ਼ੀਅਲੀ ਇਸ਼ੂ ਹੁੰਦੇ ਨੇ ਉਸ ਜੀ ਕਾਲਾਂ ਕਰਦੇ ਰਹਿੰਦੇ ਨੇ ਅੱਜ ਵੀ ਇੱਕ ਭਾਈ ਕਾਲ ਕੀਤੀ ਸੀ ਤੇ ਉਹ ਕਹਿ ਰਹੇ ਸਨ ਕਿ ਜੌਬ ਵਾਸਤੇ ਔਰ ਮੈਂ ਹਮੇਸ਼ਾ ਦੱਸਣਾਵਾ ਕਿ ਜੌਬ ਜਿਹੜਾ ਬੰਦਾ ਤੁਸੀਂ ਯਾਨੀ ਕਿ ਜੌਬ ਲੱਭਣਾ ਦਾ ਸਿਰਫ ਇੱਕੋ ਹੀ ਤਰੀਕਾ ਹੁੰਦਾ ਹੈ ਮੇਰਾ 20 ਸਾਲ ਦਾ ਐਕਸਪੀਰੀਅੰਸ ਹੈ ਮੈਂ ਆਪਣਾ 20 ਸਾਲ ਦਾ ਐਕਸਪੀਰੀਅੰਸ ਦੱਸਣਾ ਵੀ ਆ ਸ਼ੋ ਵੀ ਕਰਨਾ ਵਾ ਫਿਰ ਵੀ ਜੀਆਂ ਨੂੰ ਸਮਝ ਨਹੀਂ ਲੱਗਦੀ ਲਹਾਜ਼ਾ ਮੈਂ ਫੇਰ ਇੱਕ ਵਾਰ ਦੱਸਣਾ ਵਾਂ ਗੱਲ ਇਹ ਵੇ ਕਿ ਭਰਾਵੋ ਜਦੋਂ ਤੁਸੀਂ ਕਿਸੇ ਕੋਲ ਫੋਨ ਕਰਕੇ ਪੁੱਛਦੇ ਹੋ ਨਾ ਕਿ ਮਨੋ ਯਾਰ ਮੇਥੀ ਮਿਹਰਬਾਨੀ ਕੰਮ ਤੇ ਲਵਾ ਦੇ ਯਾ ਅੱਗੇ ਪਿੱਛੇ ਇਹ ਵੋ ਤੇ ਇਹ ਗਲਤੀ ਨਾ ਕਰਿਆ ਕਰੋ ਜਿਹੜੇ ਬੰਦੇ ਨੂੰ ਫੋਨ ਕਰਦੇ ਹੋ ਉਹਨੇ ਤੁਹਾਨੂੰ ਅੱਗੋ ਇਹ ਹੀ ਆਖਣਾ ਹੁੰਦਾ ਪੁੱਤਰ ਦੇਣਾ ਹੁੰਦਾ ਤੀ ਤੇ ਕਦੇ ਕਿਸੇ ਦਿੱਤੀ ਕੋਈ ਨਹੀਂ ਉਹਨੇ ਇਹ ਆਖਣਾ ਦਾ ਠੀਕ ਹੈ ਜੀ ਜਨਾਬ ਟੈਨਸ਼ਨ ਨਹੀਂ ਲੈ ਲਵੋ ਤੁਹਾਨੂੰ ਮੈਂ ਕੰਮ ਲਵਾ ਛੱਡਣਾ ਮੈਂ ਫਲਾਨੀ ਜਗ੍ਹਾ ਤੇ ਪੁੱਛਿਆ ਫਲਾਨੀ ਜਗ੍ਹਾ ਤੇ ਪੁੱਛਿਆ ਉਹਦੀ ਵਾਹਤ ਉਹ ਜਿਹੜੇ ਬੰਦੇ ਨੂੰ ਜ਼ਰੂਰਤ ਹੁੰਦੀ ਹੈ ਕੰਮ ਦੀ ਜਿਹੜਾ ਪੁੱਛਦਾ ਹੁੰਦਾ ਹੈ ਉਹ ਆਂਦਾ ਫਲਾਨੇ ਸਾਹਿਬ ਨੂੰ ਮੈਂ ਬਾਕਿਆ ਸੀ ਤੇ ਲਹਾਜ਼ਾ ਉਹ ਕੰਮ ਲੱਭਦੇ ਹੋਣੇ ਨੇ ਤੇ ਮੈਨੂੰ ਐਡੀ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਮੈਨੂੰ ਤਾਂ ਪਰੇਸ਼ਾਨੀ ਦੀ ਫਲਾਨੇ ਬੰਦੇ ਕੰਮ ਲੱਭ ਲੈਣ 2-4 ਦਿਨਾਂ ਦੇ ਵਿੱਚ ਉਹ ਘਾਰ ਲਮਾ ਬੈ ਜਾਂਦਾ ਹੈ ਲਹਾਜ਼ਾ ਇਹ ਗਲਤੀ ਨਾ ਕਰਿਆ ਕਰੋ ਕੰਮ ਲੱਭਣ ਦਾ ਸਿਰਫ ਇੱਕੋ ਹੀ ਤਰੀਕਾ ਹੈ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਖੁਦ ਤੁਹਾਡੀ ਸੈਲਫ ਨੂੰ ਯੂਜ਼ ਕਰਨਾ ਚਾਹੀਦਾ ਹੈ ਮੈਂ ਮੰਨ ਨਹੀਂ ਸਕਦਾ ਕਿ ਬੰਦਾ ਸਹੀ ਮੈਨੇਨਾ ਕੋਸ਼ਿਸ਼ ਕਰੇ ਔਰ ਬੰਦੇ ਨੂੰ ਕੰਮ ਨਾਲ ਲੱਭੇ ਇੰਜ ਹੋ ਹੀ ਨਹੀਂ ਸਕਦਾ ਅਗਰ ਤੁਸੀਂ ਕੋਸ਼ਿਸ਼ ਕਰਦੇ ਹੋ ਪੇ ਤੇ ਤੁਹਾਨੂੰ ਜੌਬ ਨਹੀਂ ਮਿਲ ਰਹੀ ਤੇ ਇਹਦਾ ਮਤਲਬ ਇਹ ਵੇ ਕਿ ਤੁਹਾਡੀ ਕੋਸ਼ਿਸ਼ ਵਿੱਚ ਕਮੀ ਹੈ ਅੱਲਾਹ ਦਿੰਦਾ ਹੈ ਠੀਕ ਹੈ ਹੁਣ ਮੈਂ ਤੁਹਾਨੂੰ ਤਰੀਕਾ ਸਮਝਾ ਛੜਦਾ ਤਰੀਕਾ ਭਰਾਵੋ ਇਹ ਵੇ ਸਿੱਧਾ ਜਿਹਾ ਸਿੰਪਲ ਜਿਹਾ ਕਿ ਸਵੇਰੇ ਉਠੋ ਆਪਣੇ ਜ਼ਿਹਨ ਵਿੱਚ ਇੱਕ ਪਲਾਨ ਬਣਾ ਲਓ ਜਿਹੜੇ ਬਾਹਰ ਰੋਕੀ ਪਰਦੇਸਾਂ 'ਚ ਰਹਿੰਦੇ ਨੇ ਮੈਂ 20 ਸਾਲ ਇਸ ਤਰ੍ਹਾਂ ਹੀ ਕੀਤਾ ਹੈ ਆਪਣੀ ਜ਼ਿੰਦਗੀ 'ਚ ਸਾਰੀ ਜ਼ਿੰਦਗੀ ਇੱਕ ਕਦੇ ਬੰਦੇ ਕੋਲ ਅੱਜ ਤੱਕ ਇਹ ਨਹੀਂ ਆਖਿਆ ਕਿ ਮੈਨੂੰ ਫਲਾਣੀ ਜਗ੍ਹਾ ਤੇ ਕੰਮ ਲਵਾ ਦੇ ਠੀਕ ਹੈ ਔਰ ਅਲhamdulillah ਅੱਲਾ ਦਾ ਸ਼ੁਕਰ ਹੈ ਕਿ ਜਦੋਂ ਵੀ ਕਦੇ ਕੰਮ ਛੁੱਟਦਾ ਹੋਵੇ ਜਾਂ ਜੋ ਵੀ ਮਾਮਲੇਤ ਹੁੰਦੇ ਨੇ ਤੇ ਮੈਂ ਗੋ ਮਜ਼ੀਦ ਕੰਮ ਜਿਹੜਾ ਨਵਾਂ ਕੰਮ ਜਾਨਣਾ ਨਾ ਲੱਭਣਾ ਉਹ ਮੈਂ ਕੰਮ ਫਟਾਫਟ ਹੀ ਲੱਭ ਲੈਂਦਾ ਕੋਈ ਐਡੀ ਕੋ ਮੈਨੂੰ ਟੈਨਸ਼ਨ ਨਹੀਂ ਹੁੰਦੀ ਇਹ ਇਸ਼ਾਰਾ ਜਿਹੜਾ ਨਾ ਇਹ ਇਸ਼ਾਰਾ ਅਈਨ ਨਜੇ ਮੇ ਠੀਕ ਹੈ ਸਟਰੀਟ ਹੈ ਇਹ ਨੰਬਰ ਜੀ ਪਿੱਛੇ ਹੀ ਸੁਲਾਹੋਦੀਨ ਯੂਬੀ ਇਹ ਇਹ ਨਜਮਲ ਜਾਨੇ ਆ ਇਹ ਨਜਮ ਤੇ ਚੜੇ ਆ ਅੱਛਾ ਜੀ ਤੇ ਇਹ ਆਪਣਾ ਜਿਹੜਾ ਨਾ ਅਹੀ ਉਸਮਾਨੀਆ ਕਿਲੇ ਜਾ ਰਹੇ ਆ ਤੁਹਾ ਅਸਰ ਸਹੀ ਤੁਹਾਨੂੰ ਮੈਂ ਗੱਲ ਦੱਸਣਾ ਪਿਆ ਤੇ ਰਸ ਤੇ ਨਾਲੇ ਨਜ਼ਰ ਦਿਖਾਣਾ ਪਿਆ ਉਹ ਇਹ ਵੇ ਇੱਕ ਤਰੀਕਾ ਕਰ ਇਹ ਵਿੱਚ ਸਭ ਆਪਣੇ ਜ਼ਿਹਨ ਵਿੱਚ ਪਲਾਨ ਬਣਾ ਲਓ ਕਿ ਮੈਂ ਜਿਹੜਾ ਨਾ ਟੋਟਲ 50 ਕੰਪਨੀਆਂ ਜਾਣਾ ਹੈ 50 ਵੇਰ ਸੰਜੇ ਜਾਣਾ ਹੈ ਜਗਾ ਤੋਂ ਕੰਮ ਪੁੱਛਣਾ ਹੈ ਅਗਰ ਨਾ ਮਿਲਿਆ ਤੇ ਮੈਂ ਫਿਰ ਪੁਸ਼ ਕਰਾਂਦਾ ਲੇਕਿਨ 50 ਕੰਪਨੀਆਂ ਛੱਡ ਕੇ ਤੁਸੀਂ ਟਾਰਗੇਟ ਜਦੋਂ 50 ਦਾ ਕਰ ਲੈਣਾ ਤੁਹਾਨੂੰ 20 ਤੋਂ ਜਾਣ ਤੋਂ ਪਹਿਲੇ ਬਿਨਾਂ ਤੁਹਾਨੂੰ ਜਾਬ ਲੱਭ ਜਣੀ ਇਹ ਮੈਨੂੰ ਗਰੰਟੀ ਹੈ ਮੈਨੂੰ ਪਤਾ ਹੈ ਇੱਕ ਦਿਹਾੜੀ ਵਿੱਚ ਤੁਸੀਂ ਕਿੰਨੇ ਜਗ੍ਹਾ ਤੇ ਜਾ ਸਕਦੇ ਹੋ ਦੱਸਾਂ 15 ਆਪਣੀ ਸਟਰੈਂਥ ਨੂੰ ਯੂਜ਼ ਕਰੋ ਯਾਰ ਆ ਕਿਹੜੇ ਏਰੀਆ ਵਿੱਚ ਮੇਰੀ ਰਿਲੇਟਡ ਕੰਮ ਲੱਭ ਸਕਦਾ ਹੈ ਮਗਰ ਮੈਂ ਜਾਬ ਮੈਂ ਡਰਾਈਵਰ ਆ ਤੇ ਡਰਾਈਵਰਾਂ ਦੇ ਵੇਅਰ ਹਾਊਸਿਸ ਕਿੱਧਰ ਨੇ ਜ਼ਿਆਦਾ ਜੇ ਮਿਸਾਲ ਤੌਰ ਤੇ ਮੈਂ ਆਪਣਾ ਲੇਬਰ ਆ ਤੇ ਲੇਬਰ ਵਾਲੇ ਕਿੱਧਰ ਕੰਮ ਜ਼ਿਆਦਾ ਮਿਲ ਸਕਦਾ ਉਹ ਸੇਰੀਅਲ ਆਪਣੀ ਜਾਓ ਜਾ ਕੇ ਉਤਰੋ ਕੋਸ਼ਿਸ਼ ਕਰੋ ਜਿੰਨਾ ਹੋ ਸਕਦਾ ਕੋਸ਼ਿਸ਼ ਕਰੋ ਕਿ ਆਪਣਾ ਮੈਂ ਤੇ ਪੈਦਲ ਪੰਜਰ ਪੰਜਰ ਰੁਪਏ ਦੇ ਕੇ ਜਾਣਾ ਹਸਣਾ ਇਹ ਚ ਤੇ ਮੈਨੂੰ ਯਾਦ ਹੈ ਮੈਂ ਸਾਰਿਆ ਸਨਾਈਆ ਪੈਦਲ ਫਿਰਦੇ ਫਿਰ ਛੇੜਦਾ ਹਾਂ ਤੇ ਦੂ ਚੌ ਦਿਨਾਂ ਦੇ ਵਿੱਚ ਵਿੱਚ ਕੰਮ ਹੀ ਲੱਭ ਜਾਂਦਾ ਲੱਭ ਹੀ ਜਾਂਦਾ ਹੈ ਇਹਦੀ ਕੋਈ ਦੋਰ ਆਈ ਨਹੀਂ ਲੇਕਿਨ ਮਸਲਾ ਇਹ ਵੇ ਕਿ ਜੀ ਸਮਝਦੇ ਨੇ ਈਜ਼ੀ ਵੇ ਈਜ਼ੀ ਵੇ ਸਰ ਜੀ ਬੜਾ ਕਿਸਮਤ ਤੁਹਾਡੀ ਚੰਗੀ ਹੋਵੇ ਲੱਕ ਹੋਵੇ ਤਾਂ ਲੱਭ ਜਾਂਦਾ ਲਹਾਜ਼ਰ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਹਾਰਡ ਵਰਕ ਹੀ ਤੁਹਾਨੂੰ ਤੁਹਾਨੂੰ ਜਿਹੜਾ ਨਾ ਉਹ ਅੱਗੇ ਪਹੁੰਚਾਉਂਦਾ ਵੇ ਠੀਕ ਹੈ ਔਰ ਅੱਲਾ ਨੂੰ ਹੀ ਉਹ ਹੀ ਪਸੰਦ ਹੈ ਕਿ ਜਿਹੜਾ ਮਿਹਨਤ ਕਰਦਾ ਹੈ ਜਿਹੜਾ ਕੋਸ਼ਿਸ਼ ਕਰਦਾ ਹੈ ਜਿੱਦੋਂ ਤੁਸੀਂ ਕੋਸ਼ਿਸ਼ ਜ਼ਿਆਦਾ ਦੀ ਕਰਦੇ ਹੋ ਨਾ ਤੇ ਅੱਲਾ ਫਿਰ ਜ਼ਿਆਦਾ ਦਿੰਦਾ ਹੋਵੇ ਕੋਸ਼ਿਸ਼ ਜਿਸ ਤਰ੍ਹਾਂ ਦੀ ਕਰਨੀ ਹੈ ਉਸੇ ਦਾ ਉਸ ਤਰ੍ਹਾਂ ਦਾ ਫਲ ਲੱਭਣਾ ਹੈ। ਲਹਾਜ਼ਾ ਇਹ ਕਦੇ ਨਾ ਕਰਿਆ ਕਰੋ ਕਿ ਕਿਸੇ ਦੂਸਰੇ ਤੇ ਸੱਟ ਛੜਿਆ ਕਰੋ ਠੀਕ ਹੈ ਜੀ ਫਲਾਣੇ ਨੂੰ ਔਰ ਜਿਹੜੇ ਦੂਸਰੇ ਜਿੰਨੂੰ ਆਖੀ ਦਾਵੇ ਉਹ ਵੀ ਐਸੇ ਕੋ ਸ਼ਹਾਦੇ ਬੰਦੇ ਹੁੰਦੇ ਨੇ ਤੀ ਦੇਂਦੇ ਕੋਈ ਨਹੀਂ ਹਰ ਬੰਦਾ ਹੁੰਦਾ ਪੁੱਤਰ ਹੀ ਦੇਣਾ ਹੈ। ਉਹ ਆਂਦਾ ਟੈਨਸ਼ਨ ਨਾ ਲੈ ਤੂੰ। ਠੀਕ ਹੈ। ਉਹ ਚੋਰੀ ਸਭ ਕਰਕੇ ਨਾ ਤੇ ਉਹਦਾ ਖਾਨਾ ਖਰਾਬ ਕਰ ਛੱਡਦਾ ਉਹ ਬੰਦਾ ਜਿਹੜਾ ਨਾ ਉਹ ਆਤੇ ਹੱਤਰ ਕੇ ਬਹਿ ਜਾਂਦਾ ਠੀਕ ਹੈ ਜੀ ਆ ਫਲਾਣੇ ਬੰਦੇ ਨੂੰ ਦੂਜੇ ਬੰਦਿਆਂ ਨੂੰ ਆਖੇ ਹੈ ਕਿਦਰ ਨਾ ਗਦਰ ਨੂੰ ਆਫਰ ਆ ਜਾਣੀ ਹੈ ਲਹਾਜ਼ਾ ਮੁਸ਼ਕਿਲ ਕੋਈ ਨਹੀਂ ਅੱਲਾ ਖੈਰ ਕਰੇਗਾ ਉਹ ਐਸੇ ਆਸ ਤੇ ਦਿਲ ਕਰ ਤੇ 2 4 6 ਮਹੀਨੇ ਜਿਹੜੇ ਨੇ ਐਸੇ ਆਸ ਤੇ ਗੁਜ਼ਾਰ ਛੱਡਦਾ ਇਹਨੇ ਚਿਰ ਬਾਦ ਉਹਦੀ ਉਮੀਦਾਂ ਮਰ ਜਾਂਦੀਆਂ ਨੇ ਕਿ ਅੰਦਰ ਉਹ ਕੌਨਫੀਡੈਂਸ ਮਰ ਜਾਂਦਾ ਉਮੀਦ ਮਰ ਜਾਂਦੀ ਹੈ ਕਿ ਸ਼ਾਇਦ ਕੰਮ ਲੱਭਣਾ ਵੀ ਹੈ ਕਿ ਨਹੀਂ ਲੱਭਣਾ ਉਹਦੀ ਵਹਿ ਤੋ ਪਿੱਛੇ ਪੈ ਜਾਂਦਾ ਲਹਾਜ਼ਾ ਕਿਸੇ ਨੂੰ ਵੀ ਆਸ ਲਾਂ ਤੋਂ ਬੇਤਰੇ ਕਿ ਉਹਨੂੰ ਢੋਕ ਕੇ ਜਵਾਬ ਅਗਰ ਤੁਸੀਂ ਕਰ ਸਕਦੇ ਹੋ ਉਹ ਅਗਰ ਤੁਹਾਨੂੰ ਡਰਤਾ ਹੋਵੇ ਕਿ ਪੱਕੀ ਹੈ ਤੇ ਫਿਰ ਠੀਕ ਹੈ ਆਦਰਵਾਇਜ਼ ਕਿਸੇ ਨੂੰ ਸਿੱਧਾ ਜਵਾਬ ਦੇ ਦਿਆ ਕਰੋ ਐਟਲੀਸਟ ਉਹਦੇ ਨਾਲ ਦੁਸ਼ਮਣੀ ਤੇ ਨਾ ਕਰਿਆ ਕਰੋ ਉਹਦਾ ਕੋ ਨੁਕਸਾਨ ਤੇ ਨਾ ਕਰਿਆ ਕਰੋ ਜਦੋਂ ਤੁਸੀਂ ਸਿੱਧਾ ਜਵਾਬ ਦਿਓ ਉਹਦੇ ਨਾਲ ਤੇ ਉਹਨੂੰ ਵਕਤੀ ਤੌਰ ਪਰ ਭਾਵੇਂ ਗੁੱਸਾ ਲੱਗੇ ਦਾ ਲੇਕਿਨ ਓਏ ਅਮਲ ਉਹਦੇ ਵਾਸਤੇ ਬਿਹਤਰ ਹੁੰਦਾ ਯਾਰ ਕੀ ਮੁਸ਼ਕਲ ਹੈ ਜੇ ਗੁੱਸਾ ਲੱਗਣਾ ਹੈ ਇਹ ਚੰਗਲ ਅਬਲ ਤੇ ਪਹਿਲੇ ਨੰਬਰ ਤੇ ਗਾਲੇ ਜਿਹਨੂੰ ਗੁੱਸਾ ਲੱਗਣਾ ਹੈ ਨਾ ਉਹ ਉਹਨੂੰ ਲੱਗਣੀ ਨਹੀਂ ਚਾਹੀਦਾ ਉਹਨੂੰ ਵੀ ਸੋਚਣਾ ਚਾਹੀਦਾ ਯਾਰ ਇਹਨੇ ਮੇਰਾ ਭਲਾ ਕੀਤਾ ਮੇਰੇ ਮਨੁਵੇਤ ਨਹੀਂ ਵਾਸਤੇ ਨਹੀਂ ਲਾਛੜੀ ਉਮੀਦ ਨਹੀਂ ਲਾਛੜੀ ਕਿ ਮੈਂ ਚੁੱਪ ਰਕੇ ਦੀ ਇਹਦੇ ਚਕਰਾਂ ਚ ਬੈ ਕੇ ਘਰ ਬੈ ਕੇ ਇਹਦੇ ਮੂਲ ਵੇਦਾਰਾਂ ਮਾਤੇ ਵਿਹਲਾ ਬਹਿ ਰਵਾਂ ਠੀਕ ਹੈ ਲਹਾਜ਼ਾ ਕੋਸ਼ਿਸ਼ ਕਰਿਆ ਕਰੋ ਜਿੰਨਾ ਹੋ ਸਕੇ ਇਸ ਤਰ੍ਹਾਂ ਅਮਲ ਤੋਂ ਜਿਹੜਾ ਨਾ ਦੂਰ ਰਹਾ ਕਰੋ ਔਰ ਜਿਹੜੇ ਭਾਈ ਜੌਬ ਜਿੰਨਾ ਨਹੀਂ ਮਿਲਦੀ ਉਹ ਹੈ ਜਿਹੜਾ ਮੈਂ ਤਰੀਕਾ ਦੱਸਿਆ ਇਸ ਤਰੀਕੇ ਨਾਲ ਅਪਣਾਇਆ ਕਰੋ ਅੱਲਾ ਦੇ ਫਜ਼ਲੋ ਕਰਮ ਨਾਲ ਇਨਸ਼ਾ ਅੱਲਾ 100% ਜੌਬ ਲੱਭੇਗੀ ਮੈਂ ਗਰੰਟੀ ਦਿੰਦਾ ਕਿਉਂਕਿ ਮੈਂ 20 ਸਾਲ ਵਿੱਚ ਮੈਂ ਇੱਕ ਔਰ ਮੈਂ ਜਿੰਨੂੰ ਬੰਦੇ ਨੂੰ ਫਿਰ ਇਹ ਟ੍ਰਿਕ ਦੱਸਿਆ ਹੈ ਨਾ ਜਿੰਨੂੰ ਵੀ ਸਮਝਾਇਆ ਹੈ ਮੇਰੇ ਰਿਲੇਸ਼ਨ ਵਿੱਚ ਜਿੰਨੂੰ ਵੀ ਦੱਸਿਆ ਉਹਨੇ ਜਿਹੜੇ ਬਾਜ਼ਾਰੀ ਗੱਲ ਹੈ ਜਿਹੜੇ ਬੰਦੇ ਪਰਸਨਲੀ ਜਾਣਦੇ ਨੇ ਉਹ ਗੱਲ ਤੇ ਫਿਰ ਅਮਲ ਕਰਦੇ ਨੇ ਸੁਣਦੇ ਨੇ ਕਿਉਂਕਿ ਨੂੰਨ ਪਤਾ ਹੁੰਦਾ ਕਿ ਇਸ ਬੰਦੇ ਦੀ ਕਿ ਐਸੀ ਪਰਸਨੈਲਿਟੀ ਹੈ ਮੈਨੂੰ ਅਲਹਮਦੁਲਿਲਾ ਜਾਣਦੇ ਮੇਰਾ ਭਾਈ ਆਵੇ ਮਸਕਰਦੀ ਹੁੰਦਾ ਹੈ ਮਸਕਰ ਦੇ ਹਾਲਾਤ ਇਤਨੇ ਕੋ ਅچھے ਨਹੀਂ ਹੈ ਸਾਉਦੀ ਰਨੋ ਬੁਰੇ ਨੇ ਕੰਮਾਂ ਦੇ ਉਹਨੂੰ ਅਲਹਮਦੁਲਿਲਾ ਜਦੋਂ ਵੀ ਕੰਮ ਛੁੱਟਦਾ ਵੇ ਉਹ ਕੰਮ ਲੱਭ ਲੈਂਦਾ ਕਿਉਂਕਿ ਉਹ ਮੇਰਾ ਭਰਾ ਵੇ ਉਹਨੂੰ ਪਤਾ ਹੈ ਕਿ ਮੇਰਾ ਭਰਾ ਜਿਹੜਾ ਬੋਲਦਾ ਵੇ ਇਹ ਕਿਸ ਤਰੀਕੇ ਨਾਲ ਕਿਸ ਨੀਅਤ ਨਾਲ ਬੋਲਦਾ ਹੈ ਔਰ ਇਹਦੀ ਗੱਲ ਵਿੱਚ ਕੋ ਅਸਰ ਹੈ ਕਿ ਨਹੀਂ ਕਿ ਵਸ ਐਵੇਂ ਹੀ ਬਸ ਮੂੰਹ ਕੱਢ ਛੱਡਦਾ ਹੈ ਕਿ ਇਹਨੂੰ ਸਮਝ ਵੀ ਹੈ ਕਿ ਨਹੀਂ ਲਾਜ਼ਾ ਉਹ ਮੇਰਾ ਭਰਾ ਵੇ ਉਹ ਸਮਝਦਾ ਵੇ ਤੇ ਤੁਹਾਨੂੰ ਵੀ ਤੁਸੀਂ ਵੀ ਮੇਰੇ ਭਰਾ ਯੋ ਕੋਸ਼ਿਸ਼ ਕਰਿਆ ਕਰੋ ਕਿ ਆਪਣਾ ਜਿੰਨਾ ਹੋ ਸਕੇ ਨਾ ਜੀ ਉਸਮਾਨੀਆ ਕਿਲਾ ਵਿਨਿਆ ਨੂੰ ਪਾਰਕਿੰਗ ਲਵਦੀ ਤੇ ਖਲਾਰਕੇ ਦੇ ਅੰਦਰ ਵੀ ਜਾਨੇ ਆ ਤੇ ਜਨਾਬ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਵੀ ਉਸੇ ਤਰ੍ਹਾਂ ਹੀ ਅਮਲ ਅਮਲਾ ਅਪਣਾਇਆ ਕਰੋ ਜਿਸ ਤਰ੍ਹਾਂ ਕਿ ਮੇਰਾ ਖੁਦ ਦਾ ਸੱਕਾ ਪਾਇਆ ਅਪਣਾਦਾ ਔਰ ਜਿਹਦੇ ਵਿੱਚ ਮੈਂ ਉਹਨ ਵੀ ਮਾਸ਼ਾਅੱਲਾ ਕਾਫੀ ਹਰਸਾ ਹੋ ਗਿਆ ਤੇ ਮਸਕਤੇ ਸੈਟ ਹੈ ਯਾਨੀ ਉਹ ਡਰਾਈਵਰ ਹੀ ਕੋਈ ਨਹੀਂ ਕੋ ਬੜੀ ਵੱਡੀ ਕੋ ਆਪਣਾ ਜੌਬ ਤੇ ਵੇ ਡਰਾਈਵਰ ਹੈ ਔਰ ਇੱਕੇ ਕੰਮ ਛੱਡਦਾ ਤੇ ਦੂਸਰਾ ਜੱਪੜਦਾ ਔਰ ਜਿਹੜੇ ਡਰਾਈਵਰ ਦੀ ਉਥੇ ਨਾਰਮਲ ਰੈਗੂਲਰ ਸੈਲਰੀ ਚੱਲਦੀ ਏ ਉਹਦੇ ਤੋਂ ਜ਼ਿਆਦਾ ਕਮਾਉਂਦਾ ਹੈ ਉਹ ਮੈਨੂੰ ਸ਼ੇਅਰ ਕਰਨਾ ਚਾਹਦਾ ਹੈ ਜ਼ਰਾ ਹੀ ਗੱਲ ਹੈ ਕੋ ਜ਼ਰੂਰੀ ਤੇ ਨਹੀਂ ਕਿ ਆਏ ਆਪਣਾ ਇਸ ਤਰ੍ਹਾਂ ਦਾ ਕੋ ਸਿਕਰਟ ਵੀ ਗੱਲ ਅਕੀ ਸ਼ੇਅਰ ਕਰ ਜੀ ਬਲ ਅਲਹਮਦੁਲਿਲਾ ਅੱਛਾ ਸੈਟਲ ਏ ਠੀਕ ਹੈ ਜਦੋਂ ਛੁੱਟਦੀ ਤੇ ਪ੍ਰਵਾਹ ਨਹੀਂ ਸਮਝਦਾ ਗੋ ਨਵਾਂ ਕੰਮ ਲੱਭ ਲੈਂਦਾ ਇਸੇ ਤਰ੍ਹਾਂ ਆਪਣੀ ਸਟਰੈਂਥ ਦੇ ਉੱਤੇ ਬਰੋਸਾ ਕਰਨਾ ਸਿੱਖੋ ਠੀਕ ਹੈ ਜੀ ਤੇ ਜਨਾਬ ਮੈਂ ਵੀ ਇਸੇ ਤਰ੍ਹਾਂ ਦੱਸਿਆ ਤੁਹਾਨੂੰ 20 ਸਾਲਾਂ ਜੇ ਮੈਂ 5 6 ਸਾਲ ਇਹ ਨਹੀਂ ਕਿ ਸਿਰਫ ਸਾਊਦੀ ਅਰਬ ਦੀ ਮੇਰਾ ਇਹ ਵੇ ਕਿ ਮੈਂ ਪਹਿਨਾ ਸੈਪਰੇਟ ਸਿ ਜ ਰਿਆਂ ਯੂਰਪ ਵਿੱਚ ਉੱਥੇ ਵੀ ਤਕਰੀਬਨ 6 ਸਾਲ ਰਿਆਂ ਤੇ ਉੱਥੇ ਵੀ ਮੈਂ ਇਹੀ ਕੰਮ ਕੀਤਾ ਇੱਥੋਂ ਮੈਂ ਗ੍ਰੀਸ ਗਿਆ ਉਹ ਗ੍ਰੀਸੋਂ ਫਿਰ ਵਾਪਸ ਆ ਗਿਆ ਮੈਂ ਯੂਰਪਾਂ ਚ ਜੀ ਨਹੀਂ ਕੇ ਜਾਂਦਾ ਤੱਕ ਨਹੀਂ ਖਾਂਦਾ ਕਿਉਂਕਿ ਮਨੂੰ ਸਾਊਦੀ ਅਰਬ ਦੀ ਲਾਈਫ ਮਨੂੰ ਸਭ ਤੋਂ ਬੈਟਰ ਲਾਈਫ ਲੱਗਦੀ ਏ ਮੈਂ ਉੱਥੇ ਵੀ ਰਹਿ ਕੇ ਆਇਆ ਇੱਥੋਂ ਜਾ ਕੇ ਫਿਰ ਵੀਜ਼ਾ ਵੀਜ਼ਾ ਦਾ ਸ਼ੰਜਨ ਵੀ ਕੁੰਮ ਕੇ ਆਇਆ ਲੇਕਿਨ ਮਨੂੰ ਜਿਹੜਾ ਸਭ ਤੋਂ ਬਿਹਤਰੀਨ ਪਲੇਸ ਲੱਗਦਾ ਹੈ क्योंकि ये एक ऐसा प्लेस है सऊद अरब जिथे घट मेहनत करके ज़्यादा उजरत लभ जाती है लिहाजा मेरा एक आइडियल जोड़ा मुल्क है अलहमदुल्ला मैं समझना कि सऊद अरब है और सिर्फ लेकिन बंद भाई सऊद अरब नहीं आ सकते तो कोई जरूरी नहीं कि अगर सारे सऊदी आ जाते तो वाकई जॉब दमी हो सदियाँ ने कम देकिन दूसरे भी मुल्क है ने ਮ ਯਾਨੀ ਕਿ ਦੁਬਈ, ਕਵੇਤ, ਕਵੇਤ ਬਿਹਤਰੀਨ ਮੁਲਕ ਹੈ ਮਜ਼ਦੂਰੀ ਦੇ ਹਿਸਾਬ ਨਾਲ। ਕਤਰ, ਇਹ ਕਤਰ ਬਿਹਤਰੀਨ ਮੁਲਕ ਹੈ। ਬਹਿਰੈਨ ਥੋੜਾ ਦੁਬਈ ਤੇ ਉਹ ਵੀ ਚਲਦੇ ਨੇ ਬਸ। ਇਸੇ ਤਰ੍ਹਾਂ ਅਕਸਲ ਮਕਸਦ ਇਹ ਵੇ ਕਿ ਤੁਸੀਂ ਜਿੱਥੇ ਵੀ ਜਾਓ ਨਾ ਤੁਹਾਨੂੰ ਆਪਣੇ ਵਾਸਤੇ ਖੁਦ ਰੋਜ਼ਗਾਰ ਤਲਾਸ਼ ਕਰਨਾ ਪੈਂਦਾ ਹੈ। ਠੀਕ ਹੈ। ਔਰ ਜਿੰਨੀ ਮਿਹਨਤ ਕਰਦੇ ਨਾ ਉਸੇ ਤਰ੍ਹਾਂ ਲੱਭਦਾ ਹੈ। ਅੱਛਾ ਜੀ ਇਹ ਤੇ ਸਾਰੀ ਅੱਗੇ ਪਿੱਛੇ ਜਿਹੜੇ ਨਾ ਨਜ਼ਰ ਆਉਂਦੀ ਹੈ ਵੀ ਇਹ ਪਾਰਕਿੰਗ ਹੈ, ਪਰ ਲੈ ਦੁਆਲੇ ਦੁਆਲੇ ਤੋਂ ਨਾ ਮੈਂ ਜਿਹੜਾ ਨਾ ਸਾਰਾ ਚੱਕਰ ਲਵਾ ਛੜਿਆ। ਠੀਕ ਹੈ। ਔਰ ਜਿਹੜੇ ਕਿਲੇ ਦੇ ਅੰਦਰੂਨੀ ਮਨਾਜ਼ਰ ਨੇ ਨਾ ਉਹ ਤੁਹਾਨੂੰ ਇਨਸ਼ਾਅੱਲਾ ਨੈਕਸਟ ਵੀਡੀਓ ਵਿੱਚ ਵਹਾਵਾਂ ਦੇ ਜ਼ਰੂਰ ਵਹਾਵਾਂ ਦੇ ਬਹਰ ਹਾਲ ਨਾਜ਼ਰੀਨ ਜਿਵੇਂ ਵੀ ਗਰ ਕੇ ਨਾ ਇਸ ਤਰ੍ਹਾਂ ਦੇ ਜਿਹੜੇ ਨਸੀਹਤ ਹੁੰਦੀ ਹੈ ਇਸ ਤਰ੍ਹਾਂ ਦੇ ਜੇ ਅਗਰ ਤੁਹਾਡੇ ਕੋਲ ਕੋਈ ਡਵਾਈਸ ਹੁੰਦੀ ਹੈ ਨਸੀਹਤ ਹੁੰਦੀ ਹੈ ਤੇ ਤੁਹਾਡਾ ਹੱਕ ਬੰਦਾ ਹੈ ਕਿ ਇਹ ਦੂਸਰੇ ਪਾਈ ਤੱਕ ਪਹੁੰਚਾਣੀ تاکہ کسی شاید دوسرے غریب ਦਾ ਕਿਸੇ ਭਾਈ ਦਾ ਪਲਾ ਹੋ ਸਕੇ ਸਮਝਾਇਆ ਕਰੋ ਔਰ ਕਿਸੇ ਨੂੰ ਝੂਠੀ ਤਸੱਲੀ ਨਾ ਦਿਆ ਕਰੋ ਮੇਰਾ ਸਿਰਫ ਔਰ ਸਿਰਫ ਅੱਜ ਜਿਹੜੇ ਵੀਡੀਓ ਬਣਾਈ ਇਹਦੇ ਵਿੱਚ ਮੈਂ ਸਿਰਫ ਔਰ ਸਿਰਫ ਐਹੀ ਮੈਸੇਜ بار-बार ਪਾਸ ਕਰਨਾ ਪਿਆ ਜਿਵੇਂ ਤਿਵੇਂ ਕਰਕੇ ਲੋਕ ਕਿਸੇ ਭਾਈ ਨੂੰ ਸਿੱਧੇ مشورہ ਦਿਆ ਕਰੋ ਤਾਂ ਕਿ ਉਹ ਆਪਣੀ ਡਾਇਰੈਕਸ਼ਨ ਸਿੱਧੀ ਕਰ ਸਕੇ ਔਰ ਉਹਨੂੰ ਹੋ ਸਕਦਾ ਹੈ ਉਹ ਸਿਰਫ ਤੁਹਾਡੀ ਨਸੀਹਤ 'ਤੇ ਅਮਲ ਕਰਕੇ ਉਹ ਪਤਾ ਨਹੀਂ ਕਿੰਨਾ ਕਾਮਯਾਬ ਹੋ ਜਾਏ ਤੇ ਅੱਲਾਹ ਹਰ ਕਿਸੇ ਨੂੰ ਕਾਮਯਾਬ ਕਰੇ ਔਰ ਅੱਲਾਹ ਹਰ ਕਿਸੇ ਦੇ ਰੋਜ਼ਗਾਰ ਵਿੱਚ ਬਰਕਤ ਪਾਵੇ ਹੁਣ ਵਾਸਤੇ ਨਹੀਂ ਸੀ ਆਪਣਾ ਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਿਆ ਜੇ ਭਰਾ ਆਪਣੀਆਂ ਦੁਆਵਾਂ ਯਾਦ ਰੱਖਿਆ ਜੇ ਅੱਲਾਹ ਹਾਫਿਜ਼